बच्चों को निकालो, पहले बच्चों को निकालो, बच्चों को इसके आगे न्याय है, ये तो चल रहा है। पहले बच्चों को निकालो। हरिद्वार दे हर की पौड़ी दे नेड़े एक वड्डा बस हादसा वापरिया, जिथे ए चलदी चलदी बस पुल तो हेठा जा डिगी। देखो तस्वीर के किस तरह दे नाले बस पुल तो हेठा तक डिगी, पर सड़क तक नहीं पहुंची, विचाले लगियां होईयां पाइपां ते ही जा फसी। अते जिस दौरान हादसा वापरिया ए बस सवारियां दे नाल भरी हुई सी। मौके ते इस कदर चीख जहाड़ा मचिया के लोग भी इकट्ठे हो गए, अते फिर इन्हां सवारियां नूं बस दी खिड़की दे विचों ही बाहर निकलना पिया। हालांकि इत्थे 20 तों वध सवारियां दसियां जा रहियां ने जो बुरी तरह जख्मी होईयां ने, जिन्हां नूं हस्पताल दे विच भर्ती करवाया गया है। गनीमत यह रही है कि बस थल्ले सड़क तक नहीं पहुंची, विचाले फस गई, जिस करके जानी नुकसान नहीं होया है। पर ये हादसा बेहद खौफनाक है, इत्थे वड्डा हादसा हो सकता सी, क्योंकि एक बारी गौर नाल इस बस नूं देखो जो इन्हां पाइपां दे उत्ते अड़ी हुई है, तां इस दे टायर लगातार घूम रहे ने। ਇਹ ਬੱਸ ਪੁੱਲ ਦੀ ਕੰਧ ਨਾਲ ਟੱਚ ਨਹੀਂ ਹੋ ਰਹੀ ਹੈ, ਨਹੀਂ ਲੱਗ ਰਹੀ ਹੈ, ਜਿਸ ਕਰਕੇ ਇਸ ਦੇ ਟਾਇਰ ਘੁੰਮਤਾ ਰਹੇ ਹੈ, ਪਰ ਬੱਸ ਖੜੀ ਹੈ, ਕਿਉਂਕਿ ਇਹ ਬੱਸ ਜੇਕਰ ਦੀਵਾਰ ਦੇ ਨਾਲ ਲੱਗਦੀ, ਟਾਇਰ ਨਾਲ ਲੱਗਦੇ ਤੇ ਅਜੇ ਤੱਕ ਬੱਸ ਚਾਲੂ ਹੈ, ਤਾਂ ਹੋਰ ਜ਼ਿਆਦਾ ਵੱਡਾ ਹਾਦਸਾ ਇੱਥੇ ਹੋ ਸਕਦਾ ਸੀ। ਸੋ ਬੱਸ ਦੇ ਵਿੱਚੋਂ ਜਿਸ ਦੌਰਾਨ ਸਵਾਰੀਆਂ ਖਿੜਕੀ ਦੇ ਵਿੱਚੋਂ ਬਾਹਰ ਨਿਕਲ ਰਹੀਆਂ ਨੇ, ਤਾਂ ਉਸ ਵੇਲੇ ਵੀ ਇਸ ਬੱਸ ਦੇ ਟਾਇਰ ਲਗਾਤਾਰ ਘੁੰਮਦੇ ਰਹੇ ਨੇ, ਯਾਨੀ ਕਿ ਹਾਦਸੇ ਤੋਂ ਬਾਅਦ ਵੀ ਇਹ ਬੱਸ ਚਾਲੂ ਰਹੀ ਹੈ, ਇਸ ਨੂੰ ਬੰਦ ਨਹੀਂ ਕੀਤਾ ਗਿਆ। ਤੇ ਇਸ ਵਿਚਾਲੇ ਸਵਾਰੀਆਂ ਦੇਖੋ ਕਿੱਦਾਂ ਖਿੜਕੀਆਂ ਦੇ ਵਿੱਚੋਂ ਬਾਹਰ ਨਿਕਲ ਰਹੀਆਂ ਨੇ, ਲੋਕ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਕਦਰ ਇੱਥੇ ਰੌਲਾ ਪਿਆ, ਚੀਕ ਚਿਹਾੜਾ ਮਚਿਆ, ਹਫੜਾ ਦਫੜੀ ਮਚੀ, ਤੇ ਲੋਕ ਜਿਹੜੇ ਰਾਹਗੀਰ ਨੇ ਉਹ ਮਦਦ ਕਰ ਰਹੇ ਨੇ। ਬੱਸ ਨੂੰ ਕਿਸੇ ਵੱਲੋਂ ਵੀ ਬੰਦ ਨਹੀਂ ਕੀਤਾ ਗਿਆ, ਬੱਸ ਦੇ ਟਾਇਰ ਘੁੰਮਦੇ ਰਹੇ ਨੇ। ਇਸ ਵਿਚਾਲੇ ਹਾਦਸਾ ਹੋ ਸਕਦਾ ਸੀ, ਜੇਕਰ ਇਹ ਬੱਸ ਦੇ ਟਾਇਰ ਕੰਧ ਦੇ ਨਾਲ ਲੱਗ ਜਾਂਦੇ, ਤਾਂ ਇਹ ਬੱਸ ਅੱਗੇ ਪਿੱਛੇ ਕਿਤੇ ਵੀ ਰਿੜ ਸਕਦੀ ਸੀ, ਤੇ ਹੋਰ ਵੀ ਜ਼ਿਆਦਾ ਵੱਡਾ ਨੁਕਸਾਨ ਹੋ ਸਕਦਾ ਸੀ, ਜਾਨੀ ਨੁਕਸਾਨ ਹੋ ਸਕਦਾ ਸੀ। ਦੂਸਰੀ ਗੱਲ ਇਹ ਰਹੀ ਕਿ ਇਹ ਬੱਸ ਜਿਹੜੀ ਹੈ ਪੁਲ ਤੋਂ ਹੇਠਾਂ ਤਾਂ ਡਿੱਗੀ, ਪਰ ਸੜਕ ਤੱਕ ਨਹੀਂ ਪਹੁੰਚੀ, ਬਲਕਿ ਵਿਚਾਲੇ ਜੋ ਪਾਈਪਾਂ ਲੱਗੀਆਂ ਸਨ ਉੱਥੇ ਹੀ ਫਸ ਗਈ। ਸੋ ਇਹ ਬੱਸ ਯੂਪੀ ਦੀ ਰੋਡਵੇਜ਼ ਬੱਸ ਦੱਸੀ ਜਾ ਰਹੀ ਹੈ, ਜਿਸ ਦੇ ਵਿੱਚ ਸਵਾਰੀਆਂ ਵੀ ਭਰੀਆਂ ਹੋਈਆਂ ਸਨ ਤੇ 20 ਤੋਂ ਵੱਧ ਸਵਾਰੀਆਂ ਇੱਥੇ ਜ਼ਖਮੀ ਹੋਈਆਂ ਨੇ। ਹਾਦਸੇ ਨੂੰ ਦੇਖਣ ਵਾਲਿਆਂ ਦੇ ਵੀ ਰੌਂਗਟੇ ਖੜੇ ਹੋ ਗਏ, ਕਿਉਂਕਿ ਜਦੋਂ ਇੱਕ ਵਾਰ ਇਹ ਬੱਸ ਪੁਲ ਤੋਂ ਹੇਠਾਂ ਡਿੱਗੀ, ਤਾਂ ਇਹੀ ਲੱਗਿਆ ਕਿ ਬੱਸ ਸਿੱਧਾ ਸੜਕ ਤੇ ਜਾ ਡਿੱਗੇਗੀ ਤੇ ਵੱਡਾ ਨੁਕਸਾਨ ਇੱਥੇ ਹੋਣਾ ਸੀ, ਪਰ ਇਹ ਬੱਸ ਵਿਚਾਲੇ ਹੀ ਫਸ ਗਈ, ਜੋ ਇੱਥੇ ਪੁਲ ਦੇ ਲਾਗੇ ਕੰਧ ਦੇ ਨਾਲ ਜੋ ਪਾਈਪਾਂ ਲੱਗੀਆਂ ਨੇ ਉਹਦੇ ਵਿੱਚ ਹੀ ਫਸ ਗਈ, ਜਿਸ ਕਰਕੇ ਬਚਾਅ ਹੋ ਗਿਆ ਕਹਿ ਸਕਦੇ ਹਾਂ, ਕਿਉਂਕਿ ਜ਼ਖਮੀ ਜ਼ਰੂਰ ਹੋਏ ਨੇ ਇੱਥੇ ਲੋਕ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵੱਡੀ ਗੱਲ ਇਹ ਹੈ ਕਿ ਜਿਸ ਦੌਰਾਨ ਹਾਦਸਾ ਹੋਇਆ ਹੈ, ਸਵਾਰੀਆਂ ਜਿਹੜੀਆਂ ਨੇ ਇਸ ਬੱਸ ਦੀ ਖਿੜਕੀ ਦੇ ਵਿੱਚੋਂ ਬਾਹਰ ਨਿਕਲ ਰਹੀਆਂ ਨੇ ਤੇ ਬੱਸ ਲਗਾਤਾਰ ਚਾਲੂ ਹੈ, ਟਾਇਰ ਉਸਦੇ ਘੁੰਮਦੇ ਰਹੇ ਨੇ। ਇਸ ਦੌਰਾਨ ਬਚਾਅ ਦੇ ਦੌਰਾਨ ਵੀ ਵੱਡਾ ਹਾਦਸਾ ਹੋ ਸਕਦਾ ਸੀ, ਪਰ ਗਨੀਮਤ ਰਹੀ ਹੈ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਜੋ ਸਵਾਰੀਆਂ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈ, ਉਸ ਜ਼ੇਰੇ ਇਲਾਜ ਨੇ, ਅਤੇ ਇੱਥੇ ਬੱਸ ਕਾਫੀ ਦੇਰ ਤੱਕ ਇਸੇ ਤਰ੍ਹਾਂ ਪੁਲ ਦੇ ਨਾਲ ਪਾਈਪਾਂ ਤੇ ਹੀ ਅੜੀ ਰਹੀ, ਅਤੇ ਇਸ ਨੂੰ ਕਿਸੇ ਨੇ ਬੰਦ ਵੀ ਨਹੀਂ ਕੀਤਾ ਸੀ। ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਤੇ ਪ੍ਰਸ਼ਾਸਨ ਪਹੁੰਚੇ ਤੇ ਫਿਰ ਇਸ ਬੱਸ ਨੂੰ ਬੰਦ ਕੀਤਾ ਗਿਆ, ਸਵਾਰੀਆਂ ਨੂੰ ਬਾਹਰ ਕੱਢਿਆ ਗਿਆ, ਜੋ ਜ਼ਖਮੀ ਸਨ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਪਰ ਇੱਥੇ ਗਨੀਮਤ ਰਹੀ ਹੈ ਕਿ ਇੱਕ ਵੱਡਾ ਹਾਦਸਾ ਹੁਣ ਉਹ ਟਲ ਗਿਆ, ਹਾਲਾਂਕਿ ਇਹ ਵੀ ਛੋਟਾ ਹਾਦਸਾ ਨਹੀਂ ਸੀ, ਪਰ ਜੇਕਰ ਇਹ ਬੱਸ ਸੜਕ ਤੇ ਡਿੱਗਦੀ ਜਾਂ ਫਿਰ ਜਿਸ ਤਰ੍ਹਾਂ ਦੇ ਨਾਲ ਇਸਦੇ ਟਾਇਰ ਘੁੰਮ ਰਹੇ ਨੇ, ਬੱਸ ਚਾਲੂ ਹੈ ਤਾਂ ਕੰਧ ਦੇ ਨਾਲ ਇਸਦੇ ਟਾਇਰ ਲੱਗ ਜਾਂਦੇ, ਤਾਂ ਫਿਰ ਹੋਰ ਵੀ ਜ਼ਿਆਦਾ ਵੱਡਾ ਹਾਦਸਾ ਹੋ ਸਕਦਾ ਸੀ। ਬੱਚੋ ਨਿਕਾਲੋ, ਪਹਿਲੇ ਬੱਚੋ ਨਿਕਾਲੋ, ਬੱਚੋ ਕੋ ਇਸਕੇ ਆਗੇ ਨਿਆਏ, ਇਹ ਤਾਂ ਚੱਲ ਰਹਾ ਹੈ।
ਥੋੜੀ ਕੋਈ ਮਰਾ ਥੋੜੀ ਦੇਖੋ 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 ਇੱਕ ਦੋ ਆੜ ਦਾ ਪਰੇ ਦਿਖਿਆ ਕੋਈ ਛੋੜ ਦੋ ਯਾਰ ਸੁਣ ਆਰਾਮ ਸੇ ਇੱਕ ਇੱਕ ਕਰਕੇ ਉੱਪਰ ਦੇ ਦੇ ਆਰਾਮ ਸੇ ਭਈ ਆਰਾਮ ਸੇ ਚਾਰ ਚੋ ਰਾਦਾਬਾਦ ਸੇ ਬਸ ਆ ਰਹੀ ਥੀ ਔਰ ਦੇਹਰਾਦੂਨ ਜਾ ਰਹੀ ਥੀ ਉਸਮੇ ਯਾਤਰੀ ਸਵਾਰ ਥੇ ਦੀਨਦਿਆਲ ਪਾਰਕਿੰਗ ਕੇ ਪਾਸ ये बस अनियंत्रित होकर नीचे गिर गई थी पुल के नीचे। उसमें लगभग 30-31 जो यात्री थे उनको हल्की फुल्की चोटें आई। तत्काल वहाँ पे फायर की टीम, सिविल पुलिस की टीम और ट्रैफिक की टीम वहाँ पे मौके पे पहुँच गई थी। जो घायल थे उनको सुरक्षित बाहर निकाला गया और हॉस्पिटल भेजा गया, जिसमें काफ़ी लोगों को फर्स्ट एड दे के डिस्चार्ज भी किया जा चुका है। कुछ लोगों को जो चोटें आई हैं उनका इलाज चल रहा है। हम हरिद्वार से बैठे थे, इसमें कहाँ जा रहे थे? हम देहरादून के लिए जा रहे थे डोई वाला। क्या हुआ ये? ये एकदम से गाड़ी पलटी, ये पता नहीं ड्राइवर ने शराब पी रखी थी कि कैसे। पीछे जो और पैसेंजर आ रहे थे हरिद्वार से पहले बैठे हुए थे, वो बता रहे कि उसने दो जगह पहले गाड़ी ठोक दी, कार में ठोक दी पहले ही। कितने लोग सवार थे उसमें? पूरी हो रही थी, इसमें जगह नहीं थी। ड्राइवर की गलती है, सरकार को इस पे एक्शन लेना चाहिए।